ਬੇਅਦਬੀ ਮਾਮਲਿਆਂ 'ਤੇ ਸਿੱਖ ਜਥੇਬੰਦੀਆਂ ਨੇ ਸਖ਼ਤ ਹੁੰਦਿਆਂ ਕਿਹਾ ਕਿ ਜੇਕਰ CBI ਅਤੇ ਪੁਲਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਫੜੇਗੀ ਤਾਂ ਸਿੱਖ ਕੌਮ ਦੇ ਖਾਲਸਾ ਉਹਨਾਂ ਨੂੰ ਖੁਦ ਹੀ ਸਜ਼ਾ ਦੇਣਗੇ। ਸਿੱਖ ਜਥੇਬੰਦੀਆਂ ਵੱਲੋਂ CBI ਦੀ ਕਲੋਜ਼ਰ ਰਿਪੋਰਟ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਸਿੱਖ ਜਥੇਬੰਦੀਆਂ ਨੂੰ CBI ਦਫ਼ਤਰ ਜਾਣ ਤੋਂ ਰੋਕਣ ਲਈ ਪੁਲਿਸ ਨੇ ਥਾਂ ਥਾਂ 'ਤੇ ਬੈਰੀਕੇਡਸ ਲਾ ਰੱਖੇ ਨੇ ਅਤੇ ਸਿੱਖਾਂ ਨੂੰ ਰੋਕਣ ਲਈ ਪਾਣੀ ਦੀਆਂ ਬੁਛਾਰਾਂ ਵੀ ਛੱਡੀਆਂ ਗਈਆਂ ਨੇ। ਦੇਖੋ, ਇੱਕ ਪਾਸੇ ਜਿਹੜੀ ਭਾਜਪਾ ਏ ਉਹ ਵੀ ਰਾਜਨੀਤਿਕ ਵੋਟਾਂ ਦੇ ਲਈ ਹੈ, ਹੁਣ ਦੀ ਵਿਧਾਨ ਸਭਾ ਚੋਣਾਂ 'ਚ ਡੇਰਾ ਪ੍ਰੇਮੀਆਂ ਦੀ ਵੋਟਾਂ ਲੈਣ ਦੇ ਲਈ ਉਹਨਾਂ ਦੀ ਜਿਹੜੀ ਮਦਦ ਕਰ ਰਹੀ ਹੈ, CBI 'ਤੇ ਦਬਾਅ ਪਾ ਕੇ ਕਲੀਨ ਚਿੱਟ ਦੇ ਰਹੀ ਹੈ। ਦੂਜੇ ਪਾਸੇ ਪੰਜਾਬ ਸਰਕਾਰ ਹੈ ਉਹ ਵੀ ਡੇਰਾ ਪ੍ਰੇਮੀਆਂ ਦੀ ਪੰਜਾਬ ਦੇ ਵਿੱਚ ਵੋਟਾਂ ਲੈਣ ਦੇ ਲਈ ਵਿਧਾਨ ਸਭਾ ਦੀਆਂ ਉਹਨਾਂ ਨੂੰ ਜ਼ਮਾਨਤਾਂ ਦੇ ਕੇ ਰਿਹਾਅ ਕਰ ਰਹੀ ਹੈ। ਕਿੱਡੇ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਵੱਡੇ ਵੱਡੇ ਦਾਅਵੇ ਕਰ ਰਹੀ ਸੀ ਕਿ ਬੇਅਦਬੀ ਵਾਲਿਆਂ ਨੂੰ ਫਾਹੇ ਟੰਗ ਦਿਆਂਗੇ, ਤੇ ਅੱਜ ਇੱਕ ਪਾਸੇ ਫਾਹੇ ਟੰਗਣ ਦੇ ਦਾਅਵੇ ਹੋ ਰਹੇ ਨੇ ਤੇ ਦੂਜੇ ਪਾਸੇ ਡੇਰਾ ਪ੍ਰੇਮੀਆਂ ਨੂੰ ਜਿਨ੍ਹਾਂ ਨੇ 164 ਦੇ ਬਿਆਨ ਦੇ ਤਹਿਤ ਇਕਬਾਲ ਕੀਤਾ ਕਿ ਅਸੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀਆਂ ਕੀਤੀਆਂ ਨੇ, ਅਸੀਂ ਉਹਨਾਂ ਦੇ ਜਿਹੜੇ ਅੰਗ ਨੇ ਗਲੀਆਂ 'ਚ ਖਿਲਾਰੇ ਨੇ, ਸਾਰਾ ਕੁਛ ਉਹਨਾਂ ਨੇ ਇਕਬਾਲ ਕੀਤਾ, ਫਿਰ ਜ਼ਮਾਨਤਾਂ ਕਿਉਂ? ਫਿਰ ਸਿੱਖਾਂ ਦੇ ਦੋਸ਼ ਲੱਗਦੇ ਨੇ ਕਿ ਇਹ ਸਿੱਖ ਆਪਣਾ ਜਿਹੜਾ ਰਸਤਾ ਜਿਹੜਾ ਅਖਤਿਆਰ ਕਰ ਰਹੇ ਨੇ, ਕਿਉਂ ਕਰ ਰਹੇ ਨੇ? ਜੇ ਸਿੱਖਾਂ ਨੂੰ ਇਨਸਾਫ ਨਹੀਂ ਮਿਲੂਗਾ, ਜੇ ਕੋਈ ਰਾਹ ਨਹੀਂ ਦਿਸੂਗਾ, ਤਾਂ ਸਿੱਖ ਸੰਗਤ ਨੂੰ, ਪੰਜਾਬ ਵਾਸੀਆਂ ਨੂੰ ਕੋਈ ਨਾ ਕੋਈ ਰਾਹ ਤਾਂ ਆਪਣਾ ਲੱਭਣਾ ਪਵੇਗਾ ਨਾ। ਇਹ ਮੈਂ ਵੀ ਤੇ ਤੁਸੀਂ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹਾਂ ਜੀ। ਅਸੀਂ ਸਾਰੇ ਭਲੀ ਭਾਤ ਜਾਣੂ ਹਾਂ ਕਿ 2015 ਵਿੱਚ ਜਿਹੜੇ ਵੈਸ਼ੀਆਂ ਨਾਲ ਤਰੀਕੇ ਦੇ ਨਾਲ ਬੇਅਦਬੀਆਂ ਕੀਤੀਆਂ ਗਈਆਂ, ਸਤਿਗੁਰ ਪਾਤਸ਼ਾਹ ਮਹਾਰਾਜ ਦੇ ਅੰਗ ਗਲੀਆਂ ਵਿੱਚ ਖਿਲਾਰੇ ਗਏ, ਉਸ ਤੋਂ ਪਹਿਲਾਂ ਬੁਰਜ ਜਵਾਹਰ ਸਿੰਘ ਤੋਂ ਚੋਰੀ ਕੀਤਾ ਗਿਆ ਮਹਾਰਾਜ ਸਾਹਿਬ ਸਰੂਪ, ਅਤੇ ਪੰਥਕ ਕਹਾਉਣ ਵਾਲੀ ਸਰਕਾਰ ਦੇ ਅੱਖਾਂ ਦੇ ਸਾਹਮਣੇ ਜਿਹੜੇ ਕਹਿੰਦੇ ਸੀ ਕੀੜੀ ਤੁਰੀ ਜਾਂਦੀ ਦੀਦੀ ਆ, ਪਰ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਚੋਰੀ ਕਰਨ ਵਾਲੇ ਬੰਦੇ ਨਹੀਂ ਦਿਸੇ। ਉਹ ਤੋਂ ਬਾਅਦ 4 ਸਾਲ ਲੰਘ ਜਾਂਦੇ ਆ ਅਤੇ 4 ਸਾਲ ਬਾਅਦ ਜਿਹੜੀ ਸਿੱਖ ਜਥੇਬੰਦੀਆਂ ਨੇ ਬੜੇ ਮਾਣ ਦੇ ਨਾਲ ਇਹਨਾਂ ਨੂੰ CBI ਨੂੰ ਜਾਂਚ ਦਿੱਤੀ ਸੀ ਕਿ ਮੌਜੂਦਾ ਸਰਕਾਰ 'ਤੇ ਸਾਨੂੰ ਭਰੋਸਾ ਨਹੀਂ ਹੈਗਾ, ਪਰ ਉਹ ਬੜੀ ਵੱਡੀ ਸਾਡੇ ਦੇਸ਼ ਦੀ ਏਜੰਸੀ ਆ, ਪਰ ਅੱਜ ਉਹ ਕੇਂਦਰ ਦਾ ਤੋਤਾ ਬਣ ਕੇ ਸਿੱਖਾਂ ਲਈ ਖਾਲੀ ਹੱਥ ਕਲੋਜ਼ਰ ਰਿਪੋਰਟ ਪੇਸ਼ ਕਰ ਰਹੀ ਹੈ, ਉਹਦੇ ਵਿਰੋਧ ਵਿੱਚ ਇਹ ਸਿੱਖ ਸੰਗਤਾਂ ਇਕੱਠੀਆਂ ਹੋਈਆਂ। ਤਾਂ ਕੀ ਲੱਗਦਾ ਤੁਹਾਨੂੰ ਕਾਂਗਰਸ ਜੀ? ਕਾਂਗਰਸ ਨੇ 70-75% ਫਾਇਦਾ ਚੁੱਕਿਆ ਆ ਵੋਟਾਂ ਵਿੱਚ ਬਰਗਾੜੀ ਮੁੱਦੇ ਨੂੰ ਲੈ ਕੇ, ਰਾਜਨੀਤੀ ਕੀਤੀ ਆ, ਰਾਜਨੀਤਿਕ ਫਾਇਦਾ ਵੀ ਲਿਆ, ਪਰ ਅੱਜ ਉਹ ਯੂ ਟਰਨ ਲੈਂਦੇ ਹੋਏ ਨਜ਼ਰ ਆ ਰਹੇ ਨੇ। ਅਤੇ ਹੁਣ ਤੁਸੀਂ ਅੱਜ ਅਸੀਂ CBI ਨੂੰ ਜਗਾਉਣ ਵਾਸਤੇ ਆਏ ਹਾਂ ਕਿ ਸਿੱਖਾਂ ਦਾ ਵਿਸ਼ਵਾਸ ਦੇਸ਼ ਦੇ ਕਾਨੂੰਨ ਤੋਂ ਨਾ ਤੋੜਿਆ ਜਾਵੇ। ਕੌਣ ਕੌਣ ਇਕੱਠ ਹੋਇਆ, ਕਿੰਨਾ ਕਿੰਨਾ ਦਾ ਇਕੱਠ? ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਹੈ ਜੀ ਇਹਦੇ ਵਿੱਚ। ਆਪਣਾ ਨਾਮ ਇੱਕ ਦੁਆਰਾ ਦੱਸ ਦਿਓ। ਸੁਰਜੀਤ ਸਿੰਘ ਖੁਸ਼ੀ। ਮਤਲਬ ਜੇ ਨਹੀਂ ਹੁੰਦੀ ਕਾਰਵਾਈ? ਸਿੱਖਾਂ ਦੇ ਕੋਲ ਇੱਕ ਬੜਾ ਵੱਡਾ ਹੈਗਾ ਕੰਸੈਪਟ ਗੁਰਮਤਾ, ਗੁਰਮਤਾ ਕੀਤਾ ਜਾਊਗਾ ਫਿਰ ਜਿਹੜੀ ਭਾਰਤ ਦਾ ਨਿਯਮ ਆ ਉਹ ਸਿੱਖਾਂ ਨੂੰ ਇਸ ਬੰਨੇ ਮੈਨੂੰ ਲੱਗਦਾ ਤੋਰਨ ਲਈ ਮਜਬੂਰ ਕਰ ਰਿਹਾ ਆ ਕਿ ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ, ਫਿਰ ਆਪੇ ਇਹ ਲੱਭਣਗੇ, ਫਿਰ ਆਪੇ ਕਰਨਗੇ। ਪਰ ਤੁਹਾਨੂੰ ਕੀ ਲੱਗਦਾ ਵੀ ਹੁਣ ਨੇ ਜੀ ਪੰਥ ਦਰ ਦੀ ਆਏ ਨੇ? ਇਹ ਤਾਂ ਦੇਖੋ ਜੀ ਖਿਲਾਫ਼ ਪੈ ਜਾਂਦਾ ਕੁਝ, ਜਦੋਂ ਅਸੀਂ ਕੋਈ ਸੰਘਰਸ਼ ਲੜਦੇ ਹਾਂ ਕਿਤੇ ਨਾ ਕਿਤੇ ਖੁਨਾਮੀਆਂ ਰਹਿ ਜਾਂਦੀਆਂ, ਥੋੜ੍ਹਾ ਬਹੁਤਾ ਉਤਰਾਅ ਚੜ੍ਹਾਅ ਆਉਂਦੇ ਰਹਿੰਦੇ ਨੇ, ਪਰ ਲੜਾਈ ਗੁਰੂ ਗ੍ਰੰਥ ਸਾਹਿਬ ਦੇ ਮਸਲੇ 'ਤੇ ਕੋਈ ਵੀ ਸਿੱਖ ਜਥੇਬੰਦੀ 'ਚ ਮਤਭੇਦ ਨਹੀਂ, ਸਾਰੀਆਂ ਇੱਕ ਮੰਚ 'ਤੇ ਨੇ। ਬਿਊਰੋ ਰਿਪੋਰਟ, ਆਵਾਜ਼ ਕੌਮ ਟੀਵੀ।